ਪੰਜਾਬ ਪਾਵਰ ਕਾਰਪੋਰੇਸ਼ਨ ਕੇ ਟੈਕਸੋ ਦੇ ਮੁਲਾਜ਼ਮਾਂ ਵੱਲੋਂ ਜਿਹੜੇ ਕਿ ਠੇਕੇ ਤੇ ਕੰਮ ਕਰ ਰਹੇ ਹਨ ਉਹਨਾਂ ਨੇ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਕੀ ਗੈਰ ਹਾਜ਼ਰੀ ਲਗਾ ਕੇ ਪੈਸੇ ਕੱਟ ਲੈਂਦੇ ਹਨ ਤਨਖਾਹ ਵਿੱਚੋਂ। ਜਦੋਂ ਕਿ ਉਹ ਧਰਨੇ ਦੇ ਜਾਂਦੇ ਹਨ ਤਾਂ ਉਹਨਾਂ ਕੇ ਪੈਸੇ ਕੱਟੇ ਜਾਂਦੇ ਹੈ। ਸਿਰਫ ਸਾਨੂੰ 12,000 ਰੁਪਏ ਤਨਖਾਹ ਮਿਲਦੀ ਹੈ, 4,000 ਸਾਡੇ ਤਨਖਾਹ ਵਿੱਚੋਂ ਕੱਟੇ ਜਾ ਰਹੇ ਹੈ। ਇਸ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇੱਕ ਹੋਰ ਪ੍ਰਦਰਸ਼ਨ ਨਾਲ ਕੀਤਾ, ਉਹਨਾਂ ਨੇ ਕਿਹਾ ਕਿ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ 6 ਮਹੀਨੇ ਬਾਅਦ ਦੂਜੇ ਉਪ ਮੰਡਲ ਦੇ ਵਿੱਚ ਤਬਾਦਲਾ ਹੋਣਾ ਚਾਹੀਦਾ ਹੈ। ਉਸ ਨੀਤੀ ਦੇ ਤਹਿਤ ਫੈਸਲਾ ਕੀਤਾ ਗਿਆ ਸੀ, ਲੇਕਿਨ ਅਧਿਕਾਰੀ ਉਸ ਦੀ ਪਾਲਣਾ ਨਹੀਂ ਕਰ ਰਹੇ, ਇਸ ਕਰਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਕਿਹਾ ਕਿ ਜਿਹੜੀ ਤਨਖਾਹ ਕੱਟਣ ਦਾ ਮਾਮਲਾ ਹੈ ਇਹ ਉੱਚ ਅਧਿਕਾਰੀਆਂ ਦੇ ਲੈਵਲ 'ਤੇ ਹੈ। ਇਸ ਦੇ ਲਈ ਵੀ ਅਸੀਂ ਯਤਨ ਕਰਾਂਗੇ ਕਿ ਮੁਲਾਜ਼ਮਾਂ ਨੂੰ ਉਹ ਪੈਸਾ ਮਿਲੇ। ਅਸੀਂ ਪਾਵਰ ਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ 'ਚੋਂ ਕੰਮ ਕਰ ਰਹੇ ਹਾਂ ਜੀ। ਅਸੀਂ ਪੂਰਾ ਮਹੀਨਾ ਕੰਮ ਕਰਨੇ ਜੀ, ਲੇਕਿਨ ਸਾਡੀਆਂ ਹਜੇ ਤੱਕ ਹਾਜ਼ਰੀਆਂ ਨਹੀਂ ਭੇਜੀਆਂ ਜੀ। ਹਾਜ਼ਰੀਆਂ ਭੇਜਦੇ ਨੇ ਤਾਂ ਐਬਸੈਂਟਾਂ ਲਾ ਕੇ ਭੇਜਦੇ ਨੇ। ਦਿਨ ਰਾਤ ਅਸੀਂ ਕੰਮ ਕਰਨੇ ਆ, ਜਦੋਂ ਤਨਖਾਹ ਦੀ ਲੈਣ ਵਾਰੀ ਆਉਂਦੀ ਹੈ ਲੈਣ ਦੀ, ਉਦੋਂ 4 ਜਾਂ 5 ਐਬਸੈਂਟਾਂ ਲਾ ਕੇ ਭੇਜਦੇ ਨੇ। ਦੱਸੋ, ਅਸੀਂ 10,000 ਤਨਖਾਹ ਦੇ ਵਿੱਚੋਂ 5-6 ਹਜ਼ਾਰ ਰੁਪਏ ਸਾਡਾ ਘਟਾ ਦਿੰਦੇ ਨੇ ਐਬਸੈਂਟ ਲਾ ਕੇ। ਅਸੀਂ 8,000-10,000 ਸਾਨੂੰ 12,000 ਤਨਖਾਹ ਮਿਲਦੀ ਹੈ ਜੀ, 4,000 ਰੁਪਏ ਕਟਵਾ ਦਿੰਦੇ ਨੇ ਐਬਸੈਂਟਾਂ ਦਵਾ ਕੇ ਜੀ। ਦੱਸੋ, ਅਸੀਂ 8,000 'ਚ ਗੁਜ਼ਾਰਾ ਕਰੀਏ ਕਿ ਕੀ ਕਰੀਏ? ਅਸੀਂ ਸਰ ਧਰਨੇ ਮੁਜ਼ਾਹਰੇ ਕਰਦੇ ਹਾਂ ਜੀ, ਠੀਕ ਹੈ ਜੀ। ਉਹ ਵੀ ਸਰਕਾਰਾਂ ਕਰਾਉਂਦੀਆਂ ਨੇ, ਅਸੀਂ ਕਿਹੜਾ ਆਪ ਕਰਦੇ ਹਾਂ ਕੋਈ? ਸਾਨੂੰ ਵੀ ਸ਼ੌਂਕ ਥੋੜ੍ਹੀ ਧਰਨੇ ਦਾ ਐਬਸੈਂਟਾਂ ਲਵਾਉਣ ਦਾ। ਇਹ ਧੱਕੇ ਨਾਲ ਸਾਡੀਆਂ ਐਬਸੈਂਟਾਂ ਲਵਾਉਂਦੇ ਨੇ, ਸਾਡਾ 1,000 ਰੁਪਏ ਦਿਹਾੜੀ ਦਾ ਕਟਾਉਂਦੇ ਨੇ ਜੀ ਸਾਡਾ। ਔਰ ਪੂਰੀ ਸਾਨੂੰ ਕਹਿੰਦੇ ਨੇ, ਹੁਣ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ, 1 ਤਰੀਕ ਨੂੰ ਸਾਡੀ ਹਾਜ਼ਰੀ ਜਾਂਦੀ ਹੈ ਜੀ, ਤਰੀਕ ਦੇਖ ਲਓ ਕਿੰਨੀ ਹੋ ਗਈ। ਜੇ ਹਿਸਾਬ ਦੇ ਤਰਲੇ ਕੱਢਦੇ ਜੀ, 4 ਵਾਰੀ ਮੈਂ 10 ਵਾਰੀ ਫੋਨ ਕਰ ਲਿਆ ਉਹਨਾਂ ਨੂੰ। ਅੱਜ ਦੇ ਟਾਈਮ ਦੇ ਵਿੱਚ ਅਸੀਂ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ, ਦਿਨ ਪ੍ਰਤੀ ਦਿਨ ਜਿਹੜੇ ਸਾਡੇ ਵਰਕਰ ਸਾਥੀ ਨੇ ਉਹ ਜਿਹੜੇ ਮੌਤ ਦੀ ਘਾਟ ਉਤਰ ਰਹੇ ਹੈ। ਅਜੇ ਥੋੜ੍ਹੇ ਦਿਨ ਪਹਿਲੇ ਮੁੰਡੇ ਨੂੰ ਕਰੰਟ ਲੱਗਿਆ ਅਤੇ ਉਹਦੀ ਵੀ ਡੈਥ ਹੋ ਚੁੱਕੀ ਹੈ ਮੁੰਡੇ ਦੀ। ਬਠਿੰਡੇ ਇੱਕ ਮੁੰਡੇ ਨੂੰ ਕਰੰਟ ਲੱਗਿਆ ਵੀ ਇੰਨਾ ਜ਼ਿਆਦਾ ਰਿਸਕੀ ਕੰਮ ਕਰਨ ਦੇ ਬਾਵਜੂਦ ਵੀ, ਅਤੇ ਸਾਡੇ ਨਾਲ ਇਹ ਅਫਸਰ ਸਾਈ ਜਿਹੜਾ ਧੱਕਾ ਕਰ ਰਹੀ ਹੈਗੀ ਆ। ਸਾਡਾ ਜਿਹੜਾ ਮੇਨ ਮੁੱਦਾ ਉਹ ਹੈਗਾ GSC ਦਾ। ਸਾਡੇ ਇਸ ਡਿਵੀਜ਼ਨ ਦੇ ਥੱਲੇ 4 ਸਬ ਡਿਵੀਜ਼ਨਾਂ ਪੈਂਦੀਆਂ ਹਨ, ਬਾਦਸ਼ਾਹਪੁਰ, ਗੱਜੂ ਮਾਜਰਾ, ਸਮਾਣਾ ਅਤੇ ਦਿਹਾਤੀ। ਬਾਕੀ 3 ਸਬ ਡਿਵੀਜ਼ਨਾਂ ਦੇ ਵਿੱਚ 6-6 ਮਹੀਨਿਆਂ ਦਾ ਜੋ ਰੂਲ ਲਾਗੂ ਕੀਤਾ ਗਿਆ ਐਕਸ਼ਨ ਸਾਹਿਬ ਵੱਲੋਂ ਅਤੇ ਪਿੱਛੋਂ ਵੀ 6 ਮਹੀਨੇ ਤੋਂ ਵੱਧ ਬੰਦੇ ਨਹੀਂ ਰਹਿਣੇ ਚਾਹੀਦੇ GSC ਦੇ ਫੀਲਡਾਂ ਦੇ, ਬੰਦੇ GSC ਦੇ ਫੀਲਡਾਂ 'ਚ ਜਾਣੇ ਚਾਹੀਦੇ ਨੇ। ਬਾਕੀ 3 ਸਬ ਡਿਵੀਜ਼ਨਾਂ ਦੇ ਚੇਂਜ ਹੋ ਗਏ ਹਨ, ਲੇਕਿਨ ਸਮਾਣਾ ਸਬ ਡਿਵੀਜ਼ਨ ਦਾ ਜਿਹੜਾ SDO ਹੈ ਉਹ TSU ਦਾ ਹੋਰ ਜਥੇਬੰਦੀਆਂ ਦਾ ਪਤਾ ਨਹੀਂ ਕਿਉਂ ਉਹਨਾਂ ਨੂੰ ਡਰਦਾ ਉਸ ਤੋਂ ਜਾਂ ਕਿਵੇਂ ਆਰਡਰ ਕਰਨ ਤੋਂ ਡਰ ਰਿਹਾ ਹੈ। ਅਸੀਂ ਕਿੰਨੀ ਵਾਰੀ ਜਾ ਕੇ ਮਿਲ ਚੁੱਕੇ ਹਾਂ ਵੀ ਇਹ ਤੁਸੀਂ ਮਸਲਾ ਹੱਲ ਕਰੋ, ਸਾਨੂੰ ਸ਼ੌਂਕ ਨਹੀਂ ਇੱਥੇ ਦਰੀਆਂ ਵਿਛਾਉਣ ਦਾ। ਔਰ ਉਹ ਵਾਰ ਵਾਰ ਇਹੀ ਗੱਲ ਕਹਿ ਰਹੇ ਨੇ ਵੀ ਮੈਂ ਜਥੇਬੰਦੀ ਨਾਲ ਗੱਲ ਕਰਾਂ। ਇਹ ਸਰ ਮਸਲਾ ਇਹ ਹੈ, ਜਿਹੜੇ CHP ਇੱਥੇ ਕੰਮ ਕਰਦੇ ਆ ਠੇਕੇ 'ਤੇ, ਉਹ ਪਿੱਛੇ ਸਟ੍ਰਾਈਕ 'ਤੇ ਗਏ ਸੀਗੇ। ਸਟ੍ਰਾਈਕ 'ਤੇ ਜਾਣ ਨਾਲ ਇਹ 2-3 ਦਿਨ ਆਏ ਜੀ, ਜਿਹਦੇ ਕਾਰਨ ਆਪਣੇ ਜਈਆਂ ਨੇ ਇਹਨਾਂ ਦੀ ਐਬਸੈਂਟ ਵਗੈਰਾ ਮੇਰੇ ਕੋਲ ਭੇਜੀ ਅਤੇ ਇਹਨਾਂ ਦੀ ਗੈਰ ਹਾਜ਼ਰੀ ਰੂਪੋਂ ਭੇਜੀ ਗਈ ਹੈ। ਇਹ ਇਕੱਲੇ ਇੱਥੇ ਦਾ ਮਸਲਾ ਨਹੀਂ ਹੈਗਾ, ਦਿਹਾਤੀ ਦਾ ਵੀ, ਪਟਿਆਲੇ ਦਾ, ਸਾਰੀ ਜਗ੍ਹਾ ਇਹਨਾਂ ਦੇ ਗੈਰ ਹਾਜ਼ਰੀਆਂ ਪਈਆਂ ਵੀ, ਕਿਉਂਕਿ ਇਹ ਆਪਣੀ ਡਿਊਟੀ ਨਹੀਂ ਟਾਈਮ ਨਾਲ ਕਰਦੇ ਸੀਗੇ। ਉਸ ਚਲੋ ਇਸ ਮਸਲੇ ਨੂੰ ਅਸੀਂ ਦੇਖ ਰਹੇ ਹਾਂ, ਉਪਉੱਚ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਹੈ, ਇਹਦਾ ਜਲਦੀ ਕੋਈ ਸਲਿਊਸ਼ਨ ਕੱਢ ਦਿੱਤਾ ਜਾਵੇਗਾ। GSC ਵਾਲੇ ਸਟਾਫ ਦਾ ਵੀ ਅਸੀਂ ਉਹਨਾਂ ਨੇ ਦਿੱਤੀ ਹੈ ਸਾਨੂੰ ਮੰਗ ਪੱਤਰ ਦਿੱਤਾ, ਉਹਦਾ ਵੀ ਅਸੀਂ 1-2 ਦਿਨ ਤੱਕ ਉਹਦਾ ਹੱਲ ਕਰਕੇ ਉਹਦਾ ਕੰਪਲੀਟ ਸਟਾਫ ਨੂੰ ਕਰ ਦਾਂਗੇ ਚੇਂਜ, ਜਿਹੜਾ ਕਰ ਦਾਂਗੇ ਸਰ। ਥੈਂਕ ਯੂ।